پاکستان ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਲੰਗੇ ਦਿਨੀ ਹਮਲਾ ਕੀਤਾ ਗਿਆ। ਗ੍ਰਫਤਾਰ ਕੀਤੇ ਗਏ ਹਮਲਾਵਰ ਵਿੱਚੋਂ ਇੱਕ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਸਿਰਫ ਇਮਰਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਹਮਲਾਵਰ ਨੇ ਕਿਹਾ ਹੈ ਕਿ ਇਮਰਾਨ ਖਾਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ, ਉਹ ਆਜਾਦ ਨਾਲ ਡੈਕ ਲਗਾ ਕੇ ਰੌਲਾ ਪਾ ਰਹੇ ਸਨ। ਮੈਂ ਸਿਰਫ ਇਮਰਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ। ਹਮਲਾਵਰ ਨੇ ਅੱਗੇ ਕਿਹਾ ਹੈ ਕਿ ਮੇਰੇ ਪਿੱਛੇ ਕੋਈ ਨਹੀਂ ਹੈ, ਮੈਂ ਇਕੱਲਾ ਹੀ ਹਾਂ। ਜਿਸ ਦਿਨ ਲਾਹੌਰ ਤੋਂ ਚੜ੍ਹਨਾ ਸੀ, ਉਸੇ ਦਿਨ ਤੋਂ ਇਮਰਾਨ ਖਾਨ ਨੂੰ ਮਾਰਨ ਦਾ پلان ਸੀ। ਖਬਰਾਂ ਮੁਤਾਬਕ ਪਾਕਿਸਤਾਨ ਤੱਕ ਦੇਕੇ ਇंसाफ ਦੇ ਮੁਖੀ ইমরান ਖਾਨ ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹਨਾਂ ਦਾ ਕਾਫਲਾ ਗੁਜਰਾਵਾਲਾ ਦੇ ਅੱਲਾਹੂ ਚੌਕ ਡੇੜੇ ਸੀ ਦੋ ਹਮਲਾਵਰਾਂ ਨੇ ਕਥਿਤ ਤੌਰ ਤੇ ਗੋਲੀਬਾਰੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਇੱਕ ਹਮਲਾਵਰ ਮਾਰਿਆ ਗਿਆ ਤੇ ਦੂਜੇ ਨੂੰ ਕਾਬੂ ਕਰ ਲਿਆ ਗਿਆ ਮੀਡੀਆ ਵਿੱਚ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਪੀਟੀਆਈ ਕੈਂਪ ਨੇ ਦੇ ਇੱਕ ਵਿਅਕਤੀ ਹੱਥ ਵਿੱਚ ਪਿਸਤੌਲ ਫੜ ਕੇ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਇੱਕ ਤਸਵੀਰ ਵਿੱਚ ইমরান ਖਾਨ ਸਮਰਥਕਾਂ ਵਿੱਚ ਕੇਰੇ ਬਜਦੇ ਵੀ ਨਜ਼ਰ ਆ ਰਹੇ ਹਨ